مجھے ਆ ਗਏ ਇਹਨਾਂ ਨੇ ਹਾਥੀ 'ਤੇ ਚੜ੍ਹਾ ਕੇ ਲਾਹੌਰ ਸਾਰੇ ਫੜਾਇਆ। ਫਿਰ ਹੋਇਆ ਜੇ ਹਾਥੀ 'ਚੋਂ ਨਾ ਬਾਹਰ ਜਾ ਅੰਦਰ ਅਤੇ ਮੈਂ ਖਲੋ ਗਿਆ ਬੂਹੇ ਅੱਗੇ, ਨਾ ਮੈਨੂੰ ਕਿਸੇ ਅੰਦਰ ਆਖਿਆ ਅਤੇ ਨਾ ਕਿਸੇ ਬਾਹਰ ਆਖਿਆ। ਮੈਂ ਚੁੱਪ ਕਰ ਗਏ, ਕਿਰਾਇਆ ਮੇਰੇ ਕੋਲ ਕੋਈ ਨਹੀਂ ਸੀ, ਮੈਂ ਚੁੱਪ ਕਰ ਸੜਕੇ ਪੈ ਗਿਆ। ਲਾਲਾ ਕਰਦਾ ਮੈਂ ਘਰ ਆਉਣ ਵਾਲਾ, ਮੈਂ ਨਹੀਂ ਆਉਂਦਾ ਹੁਣ। ਜਾਂ ਬਾਗ 'ਚ ਗਏ ਹਾਂ, ਉੱਥੇ ਇਹਨਾਂ ਨੇ ਮੈਨੂੰ ਤਗਮਾ ਦਿੱਤਾ 4 ਤੋਲਿਆਂ ਦਾ। ਉਸ ਸੋਨਾ ਜਿਹੜਾ ਸੀ 50 ਰੁਪਏ ਤੋਲਾ ਸੀ। ਮੈਂ ਕਿਹਾ ਜੀ ਮੈਂ ਨਹੀਂ ਚਾਹੀਦਾ, ਕਿਉਂ? ਮੈਂ ਕਿਹਾ ਮੈਂ ਗਰੀਬ ਆਦਮੀ, ਵੇਚ ਕੇ ਖਾ ਜਾਂਗਾ, ਮੈਨੂੰ ਦਿਓ ਕੋਈ ਜਗ੍ਹਾ ਦਿਓ। ਉਹਨਾਂ ਕਿਹਾ ਜੀ ਅਸੀਂ ਫਿਰ ਆਏ ਰਹੇ ਅਤੇ ਦਿਆਂਗੇ, ਅੱਜ ਨਹੀਂ ਆਈ। ਉਦੋਂ ਪਿੱਛੇ ਨਾ ਉਹਨਾਂ ਨੇ ਮੈਨੂੰ ਪੁੱਛਿਆ, ਨਾ ਮੈਂ ਪੁੱਛਿਆ। ਬੀਵੀ ਜੋ ਹੋ ਜਾਂਦੀ, ਮੈਂ ਨਿਕਾਹ ਨਹੀਂ ਕਰਨਾ। ਮੈਂ ਕਿਹਾ ਕਿਉਂ? ਅਸੀਂ ਤੂੰ ਘੁਲਦਾ ਏਅਰਪੋਰਟ ਅਤੇ ਜਹਾਜ਼ 'ਤੇ ਚੜ੍ਹਿਆ। ਮੈਂ ਮੈਂ ਵੀ ਚਲੀ ਜਾਵਾਂਗੀ ਅਤੇ ਮੈਂ ਕਿਹਾ ਮੇਰੇ ਵਾਸਤੇ ਤੁਸੀਂ ਮੈਨੂੰ ਇਹ ਹੀ ਬਣਾਇਆ ਸੀਗਾ। ਸ਼ੌਕ ਜਨਾਬ, ਜਿਸ ਵੇਲੇ ਹਿੰਦੁਸਤਾਨ ਅਤੇ ਪਾਕਿਸਤਾਨ ਬਣਿਆ ਨਾ, ਬਾਅਦ ਦੇ ਵਿੱਚ ਇੱਥੇ ਪਾਟਾ ਦੇ ਮੁਲਾਜ਼ਮ ਸਨ ਮੁੰਡੇ, ਉਹ ਤੇਲ ਸ਼ੇਲ ਲਾਉਂਦੇ ਸਨ। ਮੈਂ ਜਨਾਬ ਗਿਆ, ਮੈਂ ਵੇਖਿਆ, ਮੇਰੇ ਦਿਲ 'ਚ ਆਈ ਯਾਰ ਜੇ ਮੈਂ ਘੁਲਾਂ ਤਾਂ ਪਤਾ ਨਹੀਂ ਮੇਰੀ ਗਰੀਬੀ ਕੱਟੀ ਆਈ ਜਾਂ ਪਾਕਿਸਤਾਨੀ ਨਾਂ 'ਚ ਹੋਣਾ ਚਾਹੀਦਾ। ਉੱਥੋਂ ਮੁੜ ਗਿਆ ਬਾਅਦ ਮੈਂ ਬਾਟਾ 'ਚ ਹੋ ਗਿਆ। ਬਾਟਾ ਸਾਹਿਬ ਬੜਾ ਚੰਗਾ ਸੀ ਬੰਦਾ, ਉਹਨੇ ਮੈਂ ਖੇਡਾਂ ਸੀ, ਮੈਂ ਉੱਥੋਂ ਮੁੰਡਾ ਟਾਇਆ। ਜੇ ਟਾਇਆ ਤਾਂ ਉਹ ਕਹਿੰਦਾ ਦੀਨ ਮੁਹੰਮਦ ਮਿਹਨਤ ਕਦੋਂ ਕਰਨਾ? ਮੈਂ ਮਿਹਨਤ ਮੈਂ ਕਿੱਥੇ ਕਰਨੀ, ਮੈਂ ਕੰਮ 'ਚ। ਕਹਿਣ ਲੱਗਾ ਨਹੀਂ ਤੈਨੂੰ ਫਰੀ ਛੁੱਟੀ। ਬੈਠਕਾਂ ਦਾ ਜਿਹੜਾ ਸੀ ਨਾ ਉਹ ਹਜ਼ਾਰਾਂ ਦਾ ਸੀ, ਜਿਹੜੇ ਡੰਡ ਮਾਰਨੇ ਸਨ ਇਹ 1500 'ਤੇ ਆਉਂਦਾ ਸੀ। ਮੈਂ ਆਣ ਕੇ 2 ਵਜੇ ਉੱਠ ਕੇ ਤਾਂ ਨਫਲ ਪੜ੍ਹਨੇ ਨੇ, ਨਫਲ ਪੜ੍ਹ ਕੇ ਤਾਂ ਮੁੜ ਕੇ ਮੈਂ ਖੂਹ ਫੜਨਾ। ਖੂਹ ਫੜਿਆ ਉਹ 580-90 ਟਿੰਡਾਂ, 500 ਟਿੰਡ ਲੋਹੇ ਦਾ ਜੋੜਾ। ਮੈਂ ਲੱਗਾ ਵਾਂ, ਬਾਹੀਂ ਠੱਗ ਗਈਆਂ, ਧੌਣ ਲੱਗੀ, ਧੌਣ ਠੱਗ ਗਈ ਅਤੇ ਗੱਲ ਪੈਰ ਲੱਗੇ ਨੇ। ਦੁਨੀਆਂ ਨੇ ਮੋਢਿਆਂ ਨੇ ਚੁੱਕ ਲਿਆ, ਪੇਂਡੂਆਂ ਪੱਠੇ ਬਣਨ ਵਾਲਿਆਂ ਮੇਰੀ ਖੁਸ਼ੀ ਕੀਤੀ, ਮਗਰ ਹਕੂਮਤ ਨੇ ਆਖਿਆ ਆਸਾਂ ਨਹੀਂ ਤੈਨੂੰ ਕਰਨੀ। ਜਦੋਂ ਮੈਂ ਢਾਕੇ ਗਿਆ, ਢਾਕਿਓਂ ਜਾ ਕੇ ਮੈਂ ਘੋਲ ਕੇ ਜਿੱਤ ਕੇ ਫਿਰ ਆਇਆ ਵਾਂ। ਫਿਰ ਮੈਂ ਜਨਾਬ ਲਾਹੌਰ ਨਹੀਂ ਗਿਆ, ਮੈਂ ਫਿਰ ਬਾਹਰ ਗਿਆ। ਮੇਰਾ ਦਿਲ ਖੱਟਾ ਹੋ ਗਿਆ ਵੀ ਮੈਂ ਕੀਤਾ ਸੀ ਗਰੀਬੀ ਕਰਨ ਵਾਸਤੇ, ਮੇਰੀ ਗਰੀਬੀ ਨਹੀਂ ਨਿਕਲੀ।